ਤੁਸੀਂ ਕਦੀ ਇਹ ਤਾਂ ਨਹੀਂ ਵੇਖਿਆ ਵੀ ਇੱਕ ਪਸ਼ੂ ਨੇ ਦੂਜੇ ਪਸ਼ੂ ਨੂੰ ਦਾਜ ਦੀ ਖਾਤਰ ਮਾਰਤਾ ਹੋਵੇ? ਮਾਰਦਾ ਹੈ, ਬੰਦਾ ਮਾਰਦਾ ਹੈ। ਆਪਣੀ ਨੂੰਹ ਨੂੰ ਅੱਗ ਲੱਗ ਤੇਲ ਪਾ ਕੇ ਅੱਗ ਲੱਗ ਸਾੜ ਦਿੰਦਾ, ਕਾਹਦੇ ਵਾਸਤੇ? ਦਾਜ। ਬੰਦੇ ਨੂੰ ਸ਼ੇਰਾਂ ਤੋਂ ਡਰੇ, ਬੰਦੇ ਨੂੰ ਪੰਛੀਆਂ ਤੋਂ ਡਰੇ, ਕਿਹਦੇ ਤੋਂ ਡਰੇ? ਸੱਚਾਈ ਇਹ ਹੈ, ਬੰਦੇ ਨੂੰ ਡਰੇ ਤੇ ਬੰਦੇ ਤੋਂ। ਇਨਸਾਨ ਨੂੰ ਡਰੇ ਕਿਸੇ ਤੋਂ? ਆਪਣੀ ਜਾਤ ਤੋਂ। ਕਿਉਂਕਿ ਇਹਦੀਆਂ ਕਰਤੂਤਾਂ ਨੇ ਨਾ ਜਿਹੜੀਆਂ, ਵੇਖ ਦੇਖ ਕਰਕੇ ਬੰਦਾ ਲੱਗਦਾ ਪਿਆ ਕਰਤੂਤਾਂ ਇਹਦੀਆਂ ਮਾੜੀਆਂ ਹੈ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ। ਤੁਸੀਂ ਕਦੀ ਇਹ ਤਾਂ ਨਹੀਂ ਵੇਖਿਆ ਵੀ ਇੱਕ ਪਸ਼ੂ ਨੇ ਦੂਜੇ ਪਸ਼ੂ ਨੂੰ ਦਾਜ ਦੀ ਖਾਤਰ ਮਾਰਤਾ ਹੋਵੇ? ਮਾਰਦਾ ਹੈ, ਬੰਦਾ ਮਾਰਦਾ ਹੈ। ਆਪਣੀ ਨੂੰਹ ਨੂੰ ਅੱਗ ਲੱਗ ਤੇਲ ਪਾ ਕੇ ਅੱਗ ਲੱਗ ਸਾੜ ਦਿੰਦਾ, ਕਾਹਦੇ ਵਾਸਤੇ? ਦਾਜ ਨਹੀਂ। ਔਰ ਤੁਸੀਂ ਵੇਖੋ ਦੂਜੇ ਆਮ ਪੰਛੀਆਂ ਦੇ ਵਿੱਚ ਬੜੇ ਵਧੀਆ ਪੰਛੀ ਰਹਿੰਦੇ ਨੇ, ਬੜੇ ਵਧੀਆ ਪਸ਼ੂ ਰਲ ਕੇ ਰਹਿੰਦੇ ਨੇ ਸਾਰੇ ਦੇ ਸਾਰੇ। ਬੰਦਾ ਇੱਕ ਇਹੋ ਜਿਹਾ ਹੈ, ਇਹਦੇ ਵਿੱਚ ਇੰਨਾ ਕੁ ਲਾਲਚ ਹੈ, ਇਹਦੇ ਵਿੱਚ ਇੰਨਾ ਕੁ ਲੋਭ ਹੈ। ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸਾਂ, ਉਹਨੇ ਬੜੀ ਪਿਆਰੀ ਗੱਲ ਲਿਖੀ। ਕਹਿੰਦਾ ਵੀ ਅੱਜ ਸੰਸਾਰ ਦੇ ਵਿੱਚ ਇੰਨੇ ਵੱਡੇ ਵੱਡੇ ਜਿਹੜੇ ਨੇ ਹਥਿਆਰ ਨੇ ਉਹ ਬਣਾਏ ਜਾ ਰਹੇ ਨੇ, ਵੱਡੇ ਵੱਡੇ ਹਥਿਆਰਾਂ ਦੀ ਖੋਜ, ਇੱਥੋਂ ਤੱਕ ਕਿ ਪਰਮਾਣੂ ਬੰਬ ਵਰਗੇ, ਐਟਮ ਬੰਬ ਵਰਗੇ ਜਿਹੜੇ ਹਥਿਆਰ ਨੇ ਉਹ ਤਿਆਰ ਕਰ ਲਏ। ਹੁਣ ਸੋਚੋ ਵੀ ਇਹ ਜਿਹੜੇ ਪਰਮਾਣੂ ਬੰਬ ਤਿਆਰ ਕੀਤੇ, ਐਟਮ ਬੰਬ ਤਿਆਰ ਕੀਤੇ, ਮਜ਼ਾਈਲਾਂ ਤਿਆਰ ਕੀਤੀਆਂ ਸਾਰੇ ਦੀਆਂ ਸਾਰੀਆਂ, ਇਹ ਕਾਹਦੇ ਵਾਸਤੇ ਤਿਆਰ ਕੀਤੀਆਂ ਭਲਾ? ਕਿ ਬੰਦੇ ਨੂੰ ਹਾਥੀਆਂ ਤੋਂ ਡਰੇ, ਬੰਦੇ ਨੂੰ ਸ਼ੇਰਾਂ ਤੋਂ ਡਰੇ, ਬੰਦੇ ਨੂੰ ਪੰਛੀਆਂ ਤੋਂ ਡਰੇ, ਕਿਹਦੇ ਤੋਂ ਡਰੇ? ਸੱਚਾਈ ਇਹ ਹੈ, ਬੰਦੇ ਨੂੰ ਡਰੇ ਤੇ ਬੰਦੇ ਤੋਂ। ਇਨਸਾਨ ਨੂੰ ਡਰੇ ਕਿਸੇ ਤੋਂ? ਆਪਣੀ ਜਾਤ ਤੋਂ। ਕਿਉਂਕਿ ਇਹਦੀਆਂ ਕਰਤੂਤਾਂ ਨੇ ਨਾ ਜਿਹੜੀਆਂ, ਵੇਖ ਦੇਖ ਕਰਕੇ ਬੰਦਾ ਲੱਗਦਾ ਪਿਆ ਕਰਤੂਤਾਂ ਇਹਦੀਆਂ ਮਾੜੀਆਂ ਹੈ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ। ਅੱਗੇ ਕੀ ਕਿਹਾ ਭਲਾ? ਕਹਿੰਦੇ ਲੋਕ ਪਚਾਰਾ, ਲੋਕ ਪਚਾਰਾ, ਦਿਨੇ ਰਾਤ ਸਵੇਰੇ ਸ਼ਾਮ ਆਹੀ ਕੰਮ ਤਾਂ ਕਰਦਾ ਹੈ ਲੋਕ ਪਚਾਰਾ। ਲੋਕਾਂ ਨੂੰ ਖੁਸ਼ ਕਰਨ ਵਾਸਤੇ ਮੈਂ ਕੁੜਮਾਂ ਨੂੰ ਖੁਸ਼ ਕਰਨਾ ਹਰ ਰੋਜ਼ ਦੇਖਣ ਦੇ ਵਿੱਚ ਆਉਂਦਾ। ਭਾਈ ਸਾਹਿਬ ਜੀ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ, ਭਾਈ ਸਾਹਿਬ ਇਕੱਲੇ ਹੀ ਸੁਖਮਨੀ ਸਾਹਿਬ ਦਾ ਪਾਠ ਕਰ ਜਾਂਦੇ ਬੈਠੇ ਬੈਠੇ, ਸਾਰੇ ਦਾ ਸਾਰਾ ਪਰਿਵਾਰ ਘਰੇ, ਆਪਣੇ ਰਿਸ਼ਤੇਦਾਰਾਂ ਨੂੰ ਸਭ ਦਾ ਫਿਰਦਾ ਥੱਲੇ, ਭਾਈ ਸਾਹਿਬ ਉੱਤੇ ਬੈਠੇ ਸੁਖਮਨੀ ਸਾਹਿਬ ਦਾ, ਮਹਾਰਾਜ ਦਾ ਸਰੂਪ ਘਰੇ ਲੈ ਕੇ ਗਏ ਪਾਠ ਕਰਾਉਣੇ। ਭਾਈ ਸਾਹਿਬ ਜੀ ਸੁਖਮਨੀ ਸਾਹਿਬ ਦਾ ਪਾਠ ਕਰਾਉਣੇ, ਸੁਣਨ ਵਾਲਾ ਇੱਕ ਵੀ ਨਹੀਂ। ਹੁਣ ਇਹ ਆਮ ਗੱਲ ਹੈ, ਆਮ ਗੱਲ, ਅਤੇ ਆਉਣਾ ਕਦੋਂ ਹੈ ਕੋਲ? ਜਦੋਂ ਆਨੰਦ ਸਾਹਿਬ ਲੱਗਣ ਲੱਗਿਆ, ਰਾਗੀ ਸਿੰਘ ਆਨੰਦ ਸਾਹਿਬ ਆਖਰੀ ਸ਼ਬਦ ਪੜ੍ਹਨ ਲੱਗੇ, ਹੁਣ ਸਾਰੇ ਜਣੇ ਇਕੱਠੇ ਹੋ ਕੇ ਆ ਜਾਓ, ਸਾਰਾ ਪਾਠ ਵੀ ਨਹੀਂ ਸੁਣਿਆ, ਕੀਰਤਨ ਵੀ ਨਹੀਂ ਸੁਣਿਆ, ਹੁਣ ਸਾਰੇ ਇਕੱਠੇ ਹੋ ਕੇ ਆ ਜਾਓ, ਫਿਰ ਲੱਭਦੇ ਫਿਰਨਗੇ ਵਿਆਹ ਵਾਲਾ ਮੁੰਡਾ ਕਿੱਥੇ ਹੈ, ਜਾਂ ਲੱਭਦੇ ਫਿਰਨਗੇ ਜਿਹਦਾ ਕਾਰਜ ਹੈ ਉਹਨੂੰ ਵੀ ਇੱਥੇ ਲਿਆ ਕੇ ਅਰਦਾਸ 'ਚ ਖੜਾ ਦਿਓ, ਅਤੇ ਭਾਈ ਸਾਹਿਬ ਨੂੰ ਕਹਿਣਗੇ ਭਾਈ ਸਾਹਿਬ ਜੀ ਥੋੜ੍ਹੀ ਜਿਹੀ ਵਧੀਆ ਕਰਕੇ ਅਰਦਾਸ ਕਰਿਓ।